प्यारे विद्यार्थियों YouTube चैनल Learn with Harwinder Sarvej च आप सारे विद्यार्थियों दा बहुत-बहुत स्वागत है और इस वीडियो विच assi करंगे बारबी जमादी लाज़मी पंजाबी पुस्तक विचो करतार सिंह दुग्गल जी दी कहानी नीली इससे बहुविकल्पी प्रश्न प्यारे विद्यार्थियों क्योंकि assi इस वीडियो विच बहुविकल्पी प्रश्न किते हन तेस करके आप सारे विद्यार्थी भी नालदी नाल, -नाल प्रश्ना दे उत्तर देना ते अंत विच सानू कमेंट बॉक्स विच जरूर दसना कि आप सारे दे किन्ने उत्तर ठीक सन आओ शुरू करदे हां पहला प्रश्न है ਨੀਲੀ ਕਹਾਣੀ ਦਾ ਲੇਖਕ ਕੌਣ ਹੈ অপਸ਼ਨਸ ਹਨ ਸੁਜਾਨ ਸਿੰਘ ਕੁਲਵੰਤ ਸਿੰਘ ਵਿਰਗ ਕਰਤਾਰ ਸਿੰਘ ਦੁੱਗਲ ਜਾਂ ਬਰਿਆਮ ਸੰਧੂ ਤੇ ਇਸ ਦਾ ਉੱਤਰ ਹੈ ਤੀਜੀ অপਸ਼ਨ ਕਰਤਾਰ ਸਿੰਘ ਦੁੱਗਲ ਅਗਲਾ ਪ੍ਰਸ਼ਨ ਕਰਤਾਰ ਸਿੰਘ ਦੁੱਗਲ ਦੀ ਕਿਹੜੀ ਕਹਾਣੀ ਤੁਹਾਡੇ ਪਾਠਕ੍ਰਮ ਵਿੱਚ ਦਰਜ ਹੈ অপਸ਼ਨਸ ਹਨ ਕਰਾਮਾਤ ਪਿੱਪਲ ਪੱਤੀਆਂ ਨਵਾਂ ਆਦਮੀ ਜਾਂ ਨੀਲੀ ਤੇ ਇਸ ਦਾ ਉੱਤਰ ਹੈ ਚੌਥੀ অপਸ਼ਨ ਨੀਲੀ ਅਗਲਾ ਪ੍ਰਸ਼ਨ ਨੀਲੀ ਦੇ ਗੋਰੇ ਰੰਗ ਦੀ ਤੁਲਨਾ ਕਿਸ ਨਾਲ ਕੀਤੀ ਗਈ ਹੈ অপਸ਼ਨਸ ਹਨ کریم ਨਾਲ ਮੱਖਣ ਦੇ ਪੇੜੇ ਨਾਲ ਗਰੀ ਨਾਲ ਜਾਂ ਇਨਾਂ ਵਿੱਚ ਕੋਈ ਨਹੀਂ ਤੇ ਜਦਾ ਉੱਤਰ ਹੈ ਦੂਜੀ অপਸ਼ਨ ਮੱਖਣ ਦੇ ਪੇੜੇ ਨਾਲ ਅਗਲਾ ਪ੍ਰਸ਼ਨ ਨੀਲੀ ਕਹਾਣੀ ਵਿੱਚ ਨੀਲੀ ਪਾਤਰ ਕੌਣ ਹੈ ਬੱਕਰੀ ਚਿੜੀ ਗਾਂ ਜਾਂ ਮਜ ਤੇ ਜਦਾ ਉੱਤਰ ਹੈ ਤੀਜੀ অপਸ਼ਨ ਗਾਂ ਲੇਖਕ ਨੇ ਗਵਾਲੇ ਨਾਲ ਕੀ ਸਮਝੌਤਾ ਕੀਤਾ ਸੀ অপਸ਼ਨਸ ਹਨ ਰੋਜ਼ ਦੁੱਧ ਲੈਣ ਦਾ ਦੁੱਧ ਘਰ ਆ ਕੇ ਕੱਢਣ ਦਾ ਨੀਲੀ ਗਾਂ ਦਾ ਦੁੱਧ ਆ ਆਪਣੇ ਸਾਹਮਣੇ ਚਾਰਕਵਾ ਕੇ ਨੀਲੀ ਦਾ ਦੁੱਧ ਲੈਣ ਦਾ ਤੇ ਇਹਦਾ ਉੱਤਰ ਹੈ ਚੌਥੀ অপਸ਼ਨ ਆਪਣੇ ਸਾਹਮਣੇ ਚਾਰਕਵਾ ਕੇ ਨੀਲੀ ਦਾ ਦੁੱਧ ਲੈਣ ਦਾ ਅਗਲਾ ਪ੍ਰਸ਼ਨ ਹੈ ਨੀਲੀ ਨੇ ਖਾਣਾ ਪੀਣਾ ਕਿਉਂ ਛੱਡ ਦਿੱਤਾ ਸੀ অপਸ਼ਨਸ ਹਨ ਬਿਮਾਰ ਸੀ ਉਦਾਸ ਸੀ ਤੰਕਰਨ ਲਈ ਯਾ ਆਪਣੀ ਬੱਚੀ ਦੇ ਮਰ ਜਾਣ ਕਰਕੇ ਤੇ ਇਸ ਦਾ ਉੱਤਰ ਹੈ ਚੌਥੀ ਆਪਸ਼ਨ ਆਪਣੀ ਬੱਚੀ ਦੇ ਮਰ ਜਾਣ ਕਰਕੇ ਅਗਲਾ ਪ੍ਰਸ਼ਨ ਨੀਲੀ ਮਸਾਲੇ ਦੀ ਟੋਕਰੀ ਵਿੱਚ ਆਪਣੀ ਡੈਸ਼ ਜਮਾਈ ਹੌਲੇ ਹੌਲੇ ਮਸਾਲਾ ਖਾਂਦੀ ਰਹੀ ਵਾਕ ਪੂਰਾ ਕਰਨ ਲਈ ਸਹੀ ਵਿਕਲਪ ਚੁਣੋ ਆਪਸ਼ਨਸ ਹਨ ਨਜ਼ਰ ਜੀਬ ਤੂਥਣੀ ਜਾਂ ਤੂਥਣੀ ਤੇ ਇਸ ਦਾ ਉੱਤਰ ਹੈ ਤੀਜੀ ਆਪਸ਼ਨ ਤੂਥਣੀ ਤੂਥਣੀ ਦਾ ਅਰਥ ਹੁੰਦਾ ਮੂੰਹ ਅਗਲਾ ਪ੍ਰਸ਼ਨ ਹੈ ਹਰ ਰੋਜ਼ ਗਵਾਲਾ ਨੀਲੀ ਨੂੰ ਕਿੱਥੇ ਲੈ ਕੇ ਆਉਂਦਾ ਸੀ ਖੇਤ ਵਿੱਚ ਮੰਡੀ ਤੇ ਖੂਹ ਤੇ ਜਾਂ ਲੇਖਕ ਦੇ ਘਰ ਤੇ ਜ਼ਰਾ ਉੱਤਰ ਹੈ ਚੌਥੀ ਆਪਸ਼ਨ ਲੇਖਕ ਦੇ ਘਰ ਅਗਲਾ ਪ੍ਰਸ਼ਨ ਨੀਲੀ ਨੂੰ ਕਿਸ ਨੇ ਪਸੰਦ ਕੀਤਾ ਸੀ ਆਪਸ਼ਨਸ ਹਨ ਲੇਖਕ ਨੇ ਲੇਖਕ ਦੀ ਤ੍ਰੀਮਤ ਨੇ ਗਵਾਲੇ ਨੇ ਜਾਂ ਕੋਈ ਨਹੀਂ ਤੇ ਜ਼ਰਾ ਉੱਤਰ ਹੈ ਦੂਜੀ ਆਪਸ਼ਨ ਲੇਖਕ ਦੀ ਤ੍ਰੀਮਤ ਨੇ ਅਗਲਾ ਪ੍ਰਸ਼ਨ ਹੈ ਗਵਾਲਾ ਰੋਜ਼ ਕਿਸ ਸਮੇਂ ਲੇਖਕ ਦੇ ਘਰ ਆਉਂਦਾ ਸੀ অপਸ਼ਨ ਸਨ ਸਵੇਰੇ ਦੁਪਹਿਰੇ ਸ਼ਾਮੀ ਜਾਂ ਰਾਤੀ ਤੇ ਇਸ ਦਾ ਉੱਤਰ ਹੈ ਪਹਿਲੀ অপਸ਼ਨ ਸਵੇਰੇ ਗਵਾਲਾ ਲੇਖਕ ਦੇ ਘਰ ਨੀਲੀ ਦਾ ਦੁੱਧ ਕਿੱਥੇ ਚੁੰਦਾ ਸੀ অপਸ਼ਨ ਸਨ ਰਾਂਡੇ ਵਿੱਚ ਪੀਪਲ ਦੇ ਰੁੱਖੇ ਠਾਂ ਤੂਤ ਦੇ ਰੁੱਖੇ ਠਾਂ ਜਾਂ ਮਹਿੰਦੀ ਦੇ ਬੂਟੇ ਠਾਂ ਤੇ ਇਸ ਦਾ ਉੱਤਰ ਹੈ ਚੌਥੀ অপਸ਼ਨ ਮਹਿੰਦੀ ਦੇ ਬੂਟੇ ਠਾਂ अगला प्रश्न गुवाला गांदी तार किस पांडे ਵਿੱਚ ਕੱਟਦਾ ਸੀ ਬਾਲਟੀ ਵਿੱਚ ਜੱਗ ਵਿੱਚ ਡੋਲੂ ਵਿੱਚ ਜਾਂ ਗਾਗਰ ਵਿੱਚ ਤੇ ਜਵਾਬ ਹੈ ਚੌਥੀ অপਸ਼ਨ ਗਾਗਰ ਵਿੱਚ अगला प्रश्न है गुवाला किस ਲਈ ਦੁੱਧ ਨਹੀਂ ਸੀ ਬਚਾਉਂਦਾ অপਸ਼ਨਸ ਹਨ ਬੱਚੀ ਲਈ ਲੇਖਕ ਲਈ ਆਪਣੇ ਲਈ ਜਾਂ ਗਵੰਡੀ ਲਈ ਤੇ ਜਵਾਬ ਹੈ ਪਹਿਲੀ অপਸ਼ਨ ਬੱਚੀ ਲਈ ਗਵਾਲਾ ਬੱਚੇ ਲਈ ਚੁੱਲੀ ਪਰ ਵੀ ਦੁੱਧ ਨਹੀਂ ਸੀ ਛੱਡਦਾ ਅਗਲਾ ਪ੍ਰਸ਼ਨ ਹੈ ਨੀਲੀ ਦੀ ਬੱਚੀ ਕਿਉਂ ਮਰ ਗਈ ਆਪਸ਼ਨਸ ਹਨ ਦੁੱਧ ਨਾ ਪੀਣ ਕਾਰਨ ਬਿਮਾਰ ਹੋਣ ਕਾਰਨ ਨਦੀ ਵਿੱਚ ਡਿੱਗ ਜਾਣ ਕਾਰਨ ਜਾਂ ਸੜਕ ਹਾਦਸੇ ਵਿੱਚ ਤੇ ਸਹੀ ਜਵਾਬ ਹੈ ਪਹਿਲੀ ਆਪਸ਼ਨ ਦੁੱਧ ਨਾ ਪੀਣ ਕਾਰਨ ਨੀਲੀ ਕਹਾਣੀ ਵਿੱਚ ਕਿਸ ਦੀਆਂ ਅੱਖਾਂ ਵਿੱਚੋਂ ਧਰੂ ਢਲੂ ਢੋਲੂ ਕਰਦੇ ਪਏ ਸਨ ਆਪਸ਼ਨਸ ਹਨ ਤ੍ਰਿਮਤੀਆਂ ਲੇਖਕ ਦੀਆਂ ਨੀਲੀ ਦੀਆਂ ਜਾਂ ਗਵਾਲੇ ਦੀਆਂ ਤੇਜਾ ਉੱਤਰ ਹੈ ਚੌਥੀ ਆਪਸ਼ਨ ਗਵਾਲੇ ਦੀਆਂ ਅਗਲਾ ਪ੍ਰਸ਼ਨ ਹੈ ਨੀਲੀ ਤੋਂ ਕੁਝ ਖਾਦਾ ਕਿਉਂ ਨਹੀਂ ਸੀ ਜਾ ਰਿਹਾ ਆਪਸ਼ਨਸ ਹਨ ਰੱਜੀ ਹੋਣ ਕਾਰਨ ਬਿਮਾਰ ਹੋਣ ਕਾਰਨ ਉਸਦੀ ਬੱਚੀ ਮਰਨ ਕਾਰਨ ਜਾਂ ਉਸਦੀ ਬੱਚੀ ਬਿਮਾਰ ਹੋਣ ਕਾਰਨ ਤੇ ਜ਼ਕਰ ਹੈ ਤੀਜੀ ਆਪਸ਼ਨ ਉਸਦੀ ਬੱਚੀ ਮਰਨ ਕਾਰਨ ਅਗਲਾ ਪ੍ਰਸ਼ਨ ਹੈ ਨੀਲੀ ਕਿੰਨੇ ਦਿਨ ਦੀ ਭੁੱਖੀ ਸੀ एक, दो तीन या चार तीज ऑप्शन तीन अगला प्रश्न है ग्वाला नीली क्यों पुचकार ऑप्शन सन बच्ची के मर जाने कारण दुधे लालच कारण पशु प्रेम कारण या वापस जाने ली जब है दूजी ऑप्शन दुध के लालच कारण अगला प्रश्न है किसने मसाले की टोकरी नीली दे चुक ली অপশনস ਹਨ ਲੇਖਕ ਨੇ ਤ੍ਰੀਮਤ ਨੇ ਗਵਾਲੇ ਨੇ ਜਾਂ ਕਿਸੇ ਨੇ ਨਹੀਂ ਤੇ ਸਹੀ ਉੱਤਰ ਹੈ ਤੀਜੀ অপਸ਼ਨ ਗਵਾਲੇ ਨੇ ਅਗਲਾ ਪ੍ਰਸ਼ਨ ਹੈ ਨੀਲੀ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ অপਸ਼ਨਸ ਹਨ ਦੁੱਧ ਪੀਣ ਦੀ ਗਵਾਲੇ ਨੂੰ ਦੁੱਧ ਦਾ ਪੂਰਾ ਮੁੱਲ ਦੇਣ ਦੀ ਗਵਾਲਿਆਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਜਾਂ ਜਾਨਵਰਾਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਤੇ ਇਸ ਦਾ ਉੱਤਰ ਹੈ ਚੌਥੀ ਆਪਸ਼ਨ ਜਾਨਵਰਾਂ ਪ੍ਰਤੀ ਸਵੇਦਨਸ਼ੀਲ ਹੋਣ ਦੀ ਅਗਲਾ ਪ੍ਰਸ਼ਨ ਹੈ ਨੀਲੀ ਕਿਸ ਨੂੰ ਦੇਖਦੀ ਸੀ ਗਵਾਲੇ ਨੂੰ ਗਵਾਲਣ ਨੂੰ ਲੇਖਕ ਨੂੰ ਜਾਂ ਲੇਖਕ ਦੀ ਪਤਨੀ ਨੂੰ ਤੇ ਇਸ ਦਾ ਉੱਤਰ ਹੈ ਪਹਿਲੀ ਆਪਸ਼ਨ ਗਵਾਲੇ ਨੂੰ ਅਗਲਾ ਪ੍ਰਸ਼ਨ ਹੈ ਮਹਿੰਦੀ ਦੇ ਬੂਟੇ ਹੇਠ ਖਲੋਤੀ ਉਹ ਗਾਗਰ ਪਰ ਕੇ ਤੁਰ ਜਾਂਦੇ ਇਸ ਵਾਕ ਵਿੱਚ ਉਹ ਕੌਣ ਹੈ ਆਪਸ਼ਨਸ ਹਨ ਲੇਖਕ ਦੀ ਘੋਂਡਾ ਲੇਖਕ ਦੀ ਪਤਨੀ ਨੀਲੀ ਜਾਂ ਲੇਖਕ ਦੀ ਨੌਕਰਾਨੀ ਇਸ ਦਾ ਉੱਤਰ ਹੈ ਤੀਜੀ ਆਪਸ਼ਨ ਨੀਲੀ ਅਗਲਾ ਪ੍ਰਸ਼ਨ ਹੈ ਨੀਲੀ ਕਿਸ ਦੇ ਮਰਨ ਕਰਕੇ ਦੁਖੀ ਤੇ ਉਦਾਸ ਸੀ ਬੱਚੇ ਦੇ ਪड़ोसी ਦੇ ਬੱਚੀ ਦੇ ਜਾਂ ਮੱਜ ਦੇ ਤੇ ਇਸ ਦਾ ਉੱਤਰ ਹੈ ਤੀਜੀ ਆਪਸ਼ਨ ਬੱਚੀ ਦੇ ਅਗਲਾ ਪ੍ਰਸ਼ਨ ਹੈ ਲੇਖਕ ਦੀ ਪਤਨੀ ਅਨੁਸਾਰ ਬੱਚੇ ਕਿਸ ਦੇ ਲਾਲਚ ਕਰਕੇ ਮਰੀ ਸੀ ਨੀਲੀ ਦੇ ਗਵਾਲੇ ਦੇ ਪਤਨੀ ਦੇ ਜਾਂ ਗਵਾਲਣ ਦੇ ਤੇ ਇਸ ਦਾ ਉੱਤਰ ਹੈ ਦੂਜੀ ਆਪਸ਼ਨ ਗਵਾਲੇ ਦੇ ਪਿਆਰੇ ਵਿਦਿਆਰਥੀਓ ਹੁਣ ਆਪਣਾ ਸਕੋਰ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ